ਝੂਟੀ ਦਾ ਆਉਂਦੇ ਨਿੱਪਲ ਲਗੇ ਠੀਕ ਹੋ ਗਿਆ ਜੀ। ਉਹ ਦੀਵਾਨ ਨਾਲ ਲਾ ਕੇ ਉਹ ਨਿੱਪਲ ਲਾਉਂਦੇ ਆਪੇ ਚੁੰਗੀ ਜਾਂਦੇ ਮਾਨ ਚੁੰਗੀ ਜਾਂਦੇ ਹੁੰਦੇ ਸਾਰੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮੁ ਅਲੈਕੁਮ। ਮੈਂ ਮੁਹੰਮਦ ਤਾਹਰ, ਅਮੀਕਾ ਦਾ ਸਾਰੇ ਠੀਕ ਠਾਕ ਹੋਵਾਂਗੇ ਜੀ। ਅੱਜ ਮਿਸਤਰੀ ਲੱਗ ਗਿਆ ਜੀ, ਰੋਜ਼ਾਂ ਨੇ ਮਹੀਨੇ ਮਿਸਤਰੀ ਕਹਿੰਦੇ ਬੋਤਲ ਪੀਣੀ ਆ ਜੀ। ਮੈਂ ਲੈਣ ਚੱਲਾਂ ਹੁਣ ਬੋਤਲ ਜੀ। ਇੱਕ ਵਾਰੀ ਪੁੱਛਦੇ ਆ ਮਿਸਤਰੀ ਕਿਹੜੀ ਬੋਤਲ ਲੈਣੀ ਆ। ਉਹ ਠੇਕੇਦਾਰਾ ਕਿਹੜੀ ਬੋਤਲ ਲਿਆਵਾਂ? ਕੱਲ੍ਹ ਨੂੰ ਪੁੱਛ ਕਿਹੜੀ ਪੀਣੀ ਆ, ਕੱਲ੍ਹ ਕਿਹੜੀ ਪੀਣੀ ਆ? ਕੋਕ ਦੀ ਲਿਆ ਗੱਡੀ ਊ ਮੈਂ ਚੱਲਾਂ ਜੀ ਹੁਣ ਬੋਤਲ ਲੈਣ। ਉੱਤੋਂ ਰਮਜ਼ਾਨ ਦਾ ਮਹੀਨਾ, ਰਮਜ਼ਾਨ ਦੇ ਮਹੀਨੇ 'ਚ ਹੀ ਬੋਤਲ ਪੀ ਜਾਂਦੇ ਜੀ। ਆਪਾਂ ਦੁਕਾਨ 'ਤੇ ਬੋਤਲ ਲੈ ਹੀ ਜਾ ਕੇ ਚੱਲਦੇ ਜੀ। ਆਪਾਂ ਦੁਕਾਨ 'ਤੇ ਬੋਤਲ ਲੈ ਹੀ ਜਾ ਕੇ ਬੋਤਲ ਲਿਆ ਜੀ। ਡਿਊ ਇੱਕ ਨੰਬਰ ਆ ਜਾ ਵੀ, ਕੱਲ੍ਹ ਆ ਜਾ ਬੋਤਲ ਆ ਗਈ ਆ ਜਾ। ਉਹ ਕੰਟ ਆਪਣੀ ਪਊਗੀ ਹੁਣ ਲੱਗਦਾ। ਉੱਦਾਂ ਵੀ ਤੇਰੇ ਵਾਸਤੇ ਇੱਕ ਨੰਬਰ ਲੈ ਕੇ ਆਇਆ ਜੀ। ਹੱਥ ਦੇ ਵਿੱਚ ਲਾ ਰਿਹਾ ਜੀ ਮਿਸਤਰੀ ਦਰਵਾਜ਼ਾ। ਹੱਥਾਂ ਵੀ ਮਿਸਤਰੀ ਦਾ ਆਪਦਾ ਹੀ ਹੈ ਜੀ, ਅਤੇ ਦਰਵਾਜ਼ਾ ਵੀ ਮਿਸਤਰੀ ਲਾ ਰਿਹਾ, ਅਤੇ ਬੋਤਲ ਵੀ ਮਿਸਤਰੀ ਦੀ ਆ ਜੀ। ਮੈਨੂੰ ਤਾਂ ਕਹਿੰਦਾ ਸੀ ਲੈ ਕੇ ਆ, ਬਸ ਮੈਂ ਲੈ ਕੇ ਆ। ਰਮਜ਼ਾਨ ਦਾ ਮਹੀਨਾ ਜੀ, ਰੋਜ਼ੇ ਵੀ ਨਹੀਂ ਰੱਖਦੇ ਦੇਖੋ। ਇਹਨੂੰ ਸ਼ਰਮ ਨਹੀਂ ਹੋਣਾ ਚਾਹੀਦੀ ਜੀ। ਆਇਓ ਜੀ, ਪੀਓ ਪੀਓ। ਦੇਖੋ ਜੀ, ਸਾਲ ਬੈਟਰੀ ਪਈ ਹੋਈ ਆ। ਕਾਹਦੀ ਬੈਟਰੀ? ਮਿਸਤਰੀ ਸਾਲ ਚੈੱਕ ਕਰੋ ਜੀ। ਬੈਟਰੀ ਸਾਲ ਬਣਾਈ ਮਿਸਤਰੀ? ਆਇਆ ਵੀ ਚਾਚਾ, ਕੱਲ੍ਹ ਪੀਲਾ ਆਇਆ। ਸ਼ਾਬਾਸ਼, ਪੀਲਾ ਪੀਲਾ ਆ ਜਾ, ਆ ਕੇ ਲਾਵਾਂ ਲਿਆ ਲਿਆ ਆ ਵੀ ਪਾ ਲਾ। ਆਪਣੇ ਕਿਸੇ ਤੇਰੇ ਖਾਤੇ ਜੀ। ਚਾਚਾ ਕਵਾਲ ਕਿੰਨੇ ਰੋਜ਼ੇ ਰੱਖੇ? ਸਹੀ ਦਾ ਹੈ, ਇੱਕ ਵੀ ਨਹੀਂ ਰੱਖਿਆ? ਇਹ ਤਾਂ ਦਿਹਾੜੀ ਵਾਲੇ ਬੰਦੇ ਵਾਸਤੇ ਔਖਾ ਹੋ ਜਾਂਦਾ। ਹੋਰ ਧਿਆਨ ਲੱਗਦੇ ਧਿਆਨ ਰਾਜਾ, ਤੂੰ ਰਾਜਨ ਤਾਂ ਇੱਕ ਵੀ ਨਹੀਂ ਰੱਖਿਆ ਨਾ, ਜਵਾਨ ਜਹਾਨ ਬੰਦਾ ਇਹ ਵੀ ਨਹੀਂ ਰੱਖਦਾ। ਮਿਸਤਰੀ ਵੀ ਥੱਕ ਗਿਆ, ਰਾਜਾ ਵੀ ਸ਼ੁਰੂ ਹੋ ਗਿਆ ਜੀ ਬੋਤਲ ਪੀ ਰਿਹਾ। ਚਾਚਾ ਕਵਾਲ ਹੋਰ ਤਾਂ ਨਹੀਂ ਪੀਣੀ? ਆਇਓ ਜੀ ਆ ਡਾਕਟਰ ਸਾਹਿਬ। ਅਸਲਾਮ ਵਾਲੇਕੁਮ ਜੀ ਡਾਕਟਰ ਸਾਹਿਬ। ਬਿਲਕੁਲ ਜੀ, ਹਾਂਜੀ। ਗਾਂ ਮਾਸ਼ਾਅੱਲਾ ਹੁਣ ਤਾਂ ਬਿਹਤਰ ਆ ਜੀ, ਅੱਗੇ ਨੂੰ ਪੋਲੀਫੈਕਸ ਵੀ ਲਾ ਦੀ ਦੀ ਆ। ਡਾਕਟਰ ਸਾਹਿਬ ਆਏ ਜੀ, ਇੱਕ ਵਾਰੀ ਇਹਨਾਂ ਨਾਲ ਨਿਬੜ ਲਈਏ, ਫਿਰ ਤੁਹਾਨੂੰ ਨਾਮ ਮਿਲਦੇ ਆ ਜੀ। ਪਲਾਣ ਲੱਗਿਆ ਜੀ ਬੱਚੇ ਨੂੰ ਦੁੱਧ, ਆਪਾਂ ਤੁਹਾਨੂੰ ਸ਼ੁਕਲਾ ਚੈੱਕ ਕਰਾਉਂਦੇ ਬੱਚਾ, ਦੇਖੋ ਕੀ ਕਰਦਾ। ਅਗਲੇ ਸਾਲ ਅਸੀਂ ਮੈਚ ਤੇ ਜਾਣਾ ਜੀ, ਚੈੱਕ ਕਰੋ ਜੀ। ਆ ਜੀ ਬਾਲਾ ਕਿਦਾਂ ਕਰਦਾ? ਉਹ ਬਸ ਉਹ ਬਸ। ਅੱਛਾ ਹੁਣ ਕਿਹੜਾ ਬਣਾ? ਉਹ ਇਹਦਾ ਉਹ ਨਿੱਪਲ ਹੀ ਲੈ ਗਿਆ ਭੈਣ ਚੋਦ, ਇਹ ਤਾਂ ਫਾੜਾ ਹੀ ਖੁੱਲ ਗਿਆ ਆ। ਇਹ ਕੰਮ ਬੜਾ ਕਰਦਾ ਡਾਕਟਰ ਸਾਹਿਬ, ਔਰ ਨਿੱਪਲ ਤੁਹਾਡਾ ਅਸਰ ਸਹੀ ਨਹੀਂ ਚੜਿਆ ਭਾਈ। ਆ ਦੇਖੀ ਦੇਖ, ਇਹਨੇ ਬੋਤਲ ਹੀ ਖਿੱਚੀ ਜਾਣੀ, ਬੋਤਲ ਦੇਖੀ ਕਿੱਦਾਂ ਫਿੰਦਾ। ਹੁਣ ਇੱਥੇ ਚੱਲਦਾ ਰਹਿਣ ਦੋ, ਚੱਲੀ ਜਾਣ ਦੋ, ਚੱਲਦਾ। ਅਸਲ ਕੰਮ ਇਹੀ ਹੈ, ਤਾਂ ਜੱਗ ਨੂੰ ਲਾਇਆ ਹੋਣਾ ਨਿੱਪਲ, ਇਹ ਜੱਗ ਨੂੰ ਨਿੱਪਲ ਲੱਗ ਜਾਂਦੇ, ਜੱਗ 'ਤੇ ਟੂਟੀ ਚੜ੍ਹ ਕੇ ਨਾ ਅਤੇ ਨਿੱਪਲ ਲੱਗ ਜਾਂਦਾ, ਜਿਹੜਾ ਸਟੀਲ ਦੇ ਜੱਗ ਆ ਉਹਨੂੰ ਫਿਰ ਖੁਰਲੀ 'ਚ ਫਿਕਸ ਕਰ ਦੇਵੇ, ਕਿਤੇ ਕੰਧ ਨਾ ਕਰ ਦੇਵੇ। ਨਹੀਂ ਮੈਂ ਤਜਰਬਾ ਸੀ, ਬਹਾਦਰ ਨਗਰ ਫਾਰਮ ਵੀ ਦੇਖਿਆ ਸੀ, ਆਹ ਖੁੱਲੀ ਤਰ੍ਹਾਂ ਬਣੇ ਆ, ਅਤੇ ਸਰਕਾਰ ਉਹਨਾਂ ਜੱਗ ਲੱਗੇ 1.5 ਕਿਲੋ ਵਾਲਾ, 2 ਕਿਲੋ ਵਾਲਾ ਦਾ ਵਾੜ ਉਹਨਾਂ ਦੇ। ਹਾਂ ਵਿੱਚ ਲਾਏ ਆ, ਵਿੱਚ ਜਗ੍ਹਾ ਬਣੀ ਬਣ ਨੂੰ ਉਹਨਾਂ ਦੇ, ਕੰਧ ਦੇ ਵਿੱਚ ਜੱਗ ਲਾਏ, ਵਿੱਚ ਖੁੱਲੀ ਜਗ੍ਹਾ ਬਣੀ ਹੈ ਫਾਰਮੇ ਉਹਨਾਂ ਦੇ। ਇਹ ਤਾਂ ਕੰਮ ਹੀ ਬਹੁਤ ਸੌਖਾ, ਨਿੱਪਲ ਵਾਲਾ ਗਾਂ ਥੱਲੇ ਛੱਡੋ ਇਹਨਾਂ ਬੱਚੇ ਨੂੰ ਯਾਰ, ਚੱਡਾ ਗੋਰੀਆਂ ਜਿਹੜੀਆਂ ਦੁੱਧ ਨਹੀਂ ਪਿਲਾਉਣ ਦਿੰਦੀਆਂ ਆਪਦਾ, ਦੇਖਿਆ ਕਿਤੇ ਵੀਡੀਓ 'ਤੇ ਨੈੱਟ 'ਤੇ। ਇਹ ਭਾਈ ਹਵਾਨੇ 'ਚ ਖੂਨ ਆਉਣ ਲੱਗ ਪੈਂਦੇ, ਬੱਚੇ ਵੱਡੇ ਹੁੰਦੇ ਆ, ਸਾਰੇ ਫਾਰਮ ਵਾਲੇ ਇੱਦਾਂ ਹੀ ਬਣਾਉਂਦੇ ਆ।
बोतल सरकार प्राशे लीक हो गया। लो जी डॉक्टर साहब का तजर्बा चेक करो जी की कह रहे हैं। हाँ जी डॉक्टर साहब दसो जग लाया के ना स्टील ला। हाँ जी ਉਹਨੂੰ ਟੂਟੀ ਦਾ ਰੰਦੇ ਨਿੱਪਲ ਲੱਗੇ ਠੀਕ ਹੋ ਗਿਆ ਜੀ। ਦੀਵਾਨ ਨਾਲ ਲਾ ਕੇ ਉਹ ਨਿੱਪਲ ਲਾਉਂਦੇ ਆਪੇ ਚੁੰਘੀ ਜਾਂਦੇ ਮਾਨ ਚੁੰਘੀ ਜਾਂਦੇ ਹੁੰਦੇ ਸਾਰੇ।